ਵਧੀਆ ਸਾਰਾ ਪ੍ਰੈਂਕ ਕਰਨਾ। ਨਹੀਂ ਯਾਰ ਮੋਨੇ ਸਵੇਰੇ ਵਾਲਾ ਕੰਮ ਔਖਾ, ਹੁਣ ਮੈਂ ਨਾ ਕੀ ਨਹੀਂ ਦੇਖਦਾ, ਰਵੀ ਨਹੀਂ ਦੇਖਦਾ। ਰਵੀ ਕਿਉਂ ਨਹੀਂ ਦੇਖਦਾ? ਪੇਪਰਾਂ ਦੇ ਚੱਲਦੇ ਪੇਪਰਾਂ। ਡੈਡੀ ਨੇ ਗੱਲ ਕੱਢੀ? ਨਹੀਂ ਡੈਡੀ ਕੁਛ ਨਹੀਂ ਹੈ। ਹੈ ਡੈਡੀ, ਡੈਡੀ ਡੈਡੀ ਤੇ ਰੋਟੀ ਖਾਣ ਲੱਗ ਪਏ ਨਾ। ਮੈਨਾਂ ਹਾਸਾ ਮੂੰਹ ਤੇ ਤੇ ਮੰਮੀ ਦੇ ਮੂੰਹ ਤੇ ਗੁੱਸਾ, ਕਿਉਂਕਿ ਇਹਨਾਂ ਦੀ ਆਪਸ ਵਿੱਚ ਬਣਦੀ ਨਹੀਂ ਦੋਨਾਂ ਦੀ, ਰੋਜ਼ ਡਾਂ ਖੜਕਦੀ। ਹੈਲੋ ਐਵਰੀਵਨ, ਆਪਣੇ ਸਾਰਿਆਂ ਦਾ ਯੂਟਿਊਬ ਚੈਨਲ ਗੁਰਜਸ ਬਲੌਗ। ਆਈ ਹੋਪ ਮੈਂ ਨਹੀਂ ਆਈ ਹੋਪ ਤੁਸੀਂ ਸਾਰੇ ਵਧੀਆ ਹੋਵੋਗੇ। ਅਤੇ ਇਹ ਆਪਣਾ ਰਵੀ, ਸਾਰੇ ਜਾਣੇ ਕਹਿੰਦੇ ਰਹੇ ਨੂੰ ਰਵੀ ਨਹੀਂ ਦੇਖਦਾ, ਰਵੀ ਨਹੀਂ ਦੇਖਦਾ। ਰਵੀ ਕਿਉਂ ਨਹੀਂ ਦੇਖਦਾ? ਪੇਪਰਾਂ ਦੇ ਦਿਨ ਚੱਲਦੇ ਨੇ ਅਤੇ ਰਵੀ ਕਰਦਾ ਰਹਿੰਦਾ ਪੇਪਰਾਂ ਦੀ ਤਿਆਰੀ ਵਿਚਾਰਾ, ਤਾਂ ਕਰਕੇ ਰਵੀ ਘੱਟ ਦੇਖਦਾ। ਕਿਵੇਂ ਲੋਟਾਂ? ਅਤੇ ਰਵੀ ਕਹਿੰਦਾ ਲੋਟਾਂ। ਅਤੇ ਅੱਜ ਕਹਿੰਦੇ ਨਵੀਂ ਰੈਸਪੀ ਬਣਾਉਣੀ। ਰੈਸਪੀ ਬਣਾਉਣੀ ਕੀ ਕਰਨਾ? ਰੋਟੀ ਬਣਾਉਣੀ ਅੱਜ ਕਹਿੰਦੇ ਇਹਨਾਂ ਨੇ ਚੁੱਲ੍ਹੇ ਤੇ ਉਹ ਰੋਜ਼ ਹੀ ਬਣਦੀ ਆ। ਤੇ ਮਿੰਨਾ ਹਾਸਾ ਮੂੰਹ ਤੇ ਮੰਮੀ ਦੇ ਮੂੰਹ ਤੇ ਗੁੱਸਾ, ਕਿਉਂਕਿ ਇਹਨਾਂ ਦੀ ਆਪਸ ਵਿੱਚ ਬਣਦੀ ਨੀ ਦੋਨਾਂ ਦੀ, ਰੋਜ਼ ਡਾਂ ਖੜਕਦੀ ਆ। ਤੜਕੇ ਹੱਥ ਨੇ ਤੁਹਾਡੀ ਖੜਕਦੀ ਆ, ਇਹ ਦੋਨੇ ਸੱਸ ਨੂੰ ਆਣੀ ਹੈਗੀਆਂ। ਇਹ ਇਹ ਸੱਸ ਇੱਧਰ ਨੂੰ ਸਾਡੀ ਤੋਂ ਤੁਸੀਂ ਆਪ ਲਾਉਂਦੇ ਹੋ ਨਹੀਂ? ਮੰਮੀ ਦੇਖ, ਮੰਮੀ ਨੂੰ ਗੁੱਸਾ ਆ ਰਿਹਾ। ਸ਼ਰਮਾ ਆ ਗਈ ਰੇ, ਸੋਰੀ ਮੇਰੇ ਕਾਕੇ ਕਾਕੇ ਸ਼ਰਮਾ ਆ ਗਈ ਰੇ, ਸੋਰੀ। ਡੈਡੀ ਨੇ ਗੱਲ ਕੱਢੀ? ਹੈ ਡੈਡੀ, ਡੈਡੀ ਕਿਤਨਾ ਟਾਈਮ ਦੇਖੋ ਚੁੱਲ੍ਹੇ 'ਚ ਕਿੰਨੀ ਸੋਹਣੀ ਰੋਟੀ ਰੜਦੀ ਹੈ ਨਾ, ਇਹਦਾ ਤਾਂ ਆਨੰਦ ਹੀ ਕੁਛ ਹੋਰ ਹੈ। ਅੱਛਾ ਸਾਰੇ ਤੁਸੀਂ ਕੀ ਬਣਾਉਣਾ ਅੱਜ? ਸ਼ਕਲ ਗੰਦੀਆਂ। ਮੈਂ ਤੇ ਹੈ ਨਾ ਮੰਮੀ ਨੇ ਐਕਸਪੈਰੀਮੈਂਟ ਕੀਤਾ ਸੀ, ਆਪਾਂ ਇੱਕ ਚੁੱਲ੍ਹੇ 'ਚ ਭੁੰਨ ਕੇ ਦੇਖੀ, ਬਣ ਗਈ ਉਹ ਗੱਲ ਜੀ ਨਹੀਂ ਬਣੀ। ਫਿਰ ਹੁਣ ਕਿਵੇਂ ਬਣਾਵਾਂਗੇ ਨਵੇਂ ਤਰੀਕੇ ਨਾਲ? ਹੁਣ ਆਪਾਂ ਸੋਚ ਵਿਚਾਰ ਬਦਲੀ ਕਿ ਆਪਾਂ ਇਹਨੂੰ ਪਾਣੀ 'ਚ ਹੀ ਵਾਲਾਂਗੇ। ਚਲੋ ਦੇਖਦੇ ਹਾਂ ਕਿਵੇਂ ਬਣਾ ਰਹੇ ਨੇ। ਵਾਲਦੇ ਹੁੰਦੇ ਨਾ ਉਦੀ ਵਾਲ, ਉਦਾਂ ਹੀ ਬਾਲਣੀ ਆ। ਤੁਹਾਨੂੰ ਇੱਕ ਕੰਮ ਕਿਹਾ ਸੀ ਕੀ? ਹਰੀ ਚਟਣੀ ਲੈ ਆਇਓ। ਯਾਰ ਮੈਂ ਭੁੱਲ ਗਿਆ, ਦਿਮਾਗ 'ਚ ਨਿਕਲ ਗਿਆ। ਐਂ ਕਰੋ, ਹਰੀ ਚਟਣੀ ਘਰੇ ਪਈ ਤਾਂ ਹੀ ਹੈ। ਕਿਹੜੀ ਪਈ ਹੈ? ਉਹ ਹਰੀ ਚਟਣੀ ਉਹ 'ਚ ਕੀ ਹੈਗਾ? ਮਿਰਚਾਂ 'ਚ ਪਾਣੀ ਪਾ ਕੇ ਬਣਾਉਣੀ ਹੁੰਦੀ ਆ ਉਹਨੂੰ। ਮਿਰਚਾਂ 'ਚ ਦਹੀਂ ਪਾਉਂਦੇ ਹੁੰਦੇ ਨਾ ਕਿ ਪਾਣੀ? ਨਾ ਨਾ, ਦਹੀਂ ਨਹੀਂ ਕੋਈ ਪਾਉਂਦਾ ਉਹਦੇ ਵਿੱਚ। ਉਹ ਜਿਹੜੀ ਆਪਣੀ ਇੱਥੋਂ ਆਮ ਮਿਲਦੀ ਲੈ ਕੇ ਉਹਨਾਂ ਨਾਲ ਖਾਣ ਵਾਸਤੇ, ਉਹ ਉਹਦੇ ਵਿੱਚ ਪਾਣੀ ਹਾਂ ਦਹੀਂ ਪਾਉਂਦੇ ਆ। ਅੱਛਾ, ਤਾਂ ਇਹੀ ਜੀ ਬਣਦੀ? ਮਿਰਚ, ਧਨੀਆ, ਦਹੀਂ, ਤਿੰਨ ਚੀਜ਼ਾਂ ਪਾਉਂਦੇ। ਬਸ ਤੁਸੀਂ ਧਨੀਆ ਵੀ ਪਿਆ, ਆਪਣੇ ਹਰੀ ਮਿਰਚ ਵੀ ਪਈ ਆ, ਦਹੀਂ ਵਿੱਚ, ਮੂਲੀਆਂ ਪਾ ਦਿਓ। ਮੂਲੀਆਂ ਕਿੱਥੇ? ਤੋ ਲੈ ਇੱਕ ਸਿਰ ਤੋਂ ਘੁਮਾ ਕੇ ਸੱਤ ਵਾਰੀ ਫੇਰ। ਹਾਂ ਹਾਂ, ਦੋਨੇ ਸੱਸ ਨੂੰ ਇੱਕੋ ਜਿਹੀਆਂ ਹੋ ਗਈਆਂ। ਦੇਖੋ ਕੀ ਚੋ ਜੇ ਮੋਜੇ ਕਰਨ ਲੱਗੇ ਇਹਨਾਂ ਨੇ ਬਾਲਣੀਆਂ ਤੇ ਸ਼ਕਲ ਗੰਦਾ ਨੇ, ਇਹ ਪਤਾ ਨਹੀਂ ਕਿਹੜੀਆਂ ਗੰਦਾ ਬਾਲਣ ਲੱਗੇ ਵੀ ਨੇ ਤੇ। ਯਾਰ ਬੁਰੀ ਤੇ ਜੋ ਪੱਥਰਾਂ ਨੂੰ ਪਾੜ ਦਾਂਗੀ, ਕੋਈ ਪੱਥਰਾਂ ਨਹੀਂ ਪਾੜ। ਬਿਮਾਰ ਹੋਏ ਪਏ ਆਪਾਂ, ਨਜ਼ਰਾਂ ਹੀ ਲੱਗੀਆਂ ਹੋਣ। ਜਦੋਂ ਰੱਬ ਨਾ ਬੰਦੇ ਨੂੰ ਧਰਤੀ ਤੇ ਭੇਜਦਾ, ਉਦੋਂ ਦੇ ਦਿਮਾਗ 'ਚ ਕੋਈ ਨਜ਼ਰ ਨਾ ਦੀ ਚੀਜ਼ ਹੁੰਦੀ। ਦੁਨੀਆਦਾਰੀ ਕਾਲਜ ਉਹ ਗਾ ਪਹਿਲਾਂ ਹੱਥਾਂ ਨੂੰ ਮਿਰਚਾਂ ਲਾ ਲੇਂਗੀ ਅੱਖਾਂ ਨੂੰ। ਆਹੀ ਲੈ ਲਾ ਬਾਈ ਦੁਨਾ, ਇਹਨਾਂ ਦੇ ਕੰਮ ਦੇਖੋ, ਸੱਸ ਨੂੰਹਾਂ ਦੇ ਦੋਨਾਂ। ਮੰਮੀ ਕੀ ਬੋਲਦੀ ਵਿੱਚ? ਤਿੰਨ ਚਾਰ, ਮੰਮੀ ਮੂੰਹ ਚ ਆਈ ਬੋਲਦੇ ਪੰਜ
ਸੇ ਹੁਣ ਬੋਲੋ ਦੇਖੋ ਕਿ ਮਤਲਬ ਸੱਤ ਚੱਲ ਚੁੱਲ੍ਹੇ ਚ ਦੇਖੋ ਸਮੈਲ ਆਊਗੀ ਆਈ ਸਮੈਲ ਦੇਖੋ ਓਏ ਐ ਥੋੜੀ ਹੁੰਦਾ ਯਾਰ ਜ਼ਰੂਰੀ ਥੋੜੀ ਵਿੱਚ ਉਹਦੇ ਵਿੱਚ ਸਮੈਲ ਹੀ ਆਊਗੀ ਉਦਾਂ ਸੱਟ ਕੇ ਦੇਖੋ ਚਲੋ ਮਿਰਚ ਚਲੋ ਹਾਂ ਹੁਣ ਸਿੱਟਿਓ ਚਲੋ ਇਹ ਵੀ ਐਕਸਪੈਰੀਮੈਂਟ ਕਰਦੇ ਆ ਚਮਚ ਭਰ ਕੇ ਮੰਮੀ ਸਿੱਟੀ ਪਹਿਲਾਂ ਕਿੰਨੀ ਪਹਿਲਾਂ ਨਹੀਂ ਮਿਰਚਾਂ ਪਾਈਆਂ ਹਾਂ ਇਹ ਸਮੈਲ ਆ ਰਹੀ ਆ ਤਾਂ ਰਹੀ ਆ ਮੈਨੂੰ ਤਾਂ ਆਈ ਨਹੀਂ ਜਾ ਪਰੇ ਯਾਰ ਉਹ ਪਾਗਲ ਮਿਰਚਾਂ ਚ ਹੀ ਨੀ ਤੰਤ ਹੈਗਾ ਥੋੜਾ ਦਿਮਾਗ ਖਿਲ ਗਿਆ ਜਾ ਮੰਮੀ ਏਦਾਂ ਕੁਛ ਨੀ ਹੁੰਦਾ ਹੈਗਾ ਰੱਬ ਦਾ ਨਾਂ ਲਿਆ ਕਰੋ ਵਾਹਿਗੁਰੂ ਵਾਹਿਗੁਰੂ ਕਰਿਆ ਕਰ ਕੁਛ ਨੀ ਹੁੰਦਾ ਗਰਮ ਗਰਮ ਪਾਣੀ ਗੀਜਰ ਚ ਲਿਆ ਕੇ ਭਰਤਾ ਕਹਿੰਦੇ ਹੁਣ ਇਹਦੇ ਵਿੱਚ ਛੁੱਟੇ ਜਾਣਗੇ ਸਕਲ ਕਹਿੰਦਾ ਬਿਨਾਂ ਧੋਤ ਕੇ ਤੇ ਇਹਨਾਂ ਨੇ ਐਂ ਖਾਣੀਆਂ ਅੱਛਾ ਧੋਤੀਆਂ ਤੇ ਹੁਣ ਜਿਹੜੇ ਮੁਰੂ ਦੇ ਫੋਲਕ ਨੇ ਉਹ ਵੀ ਮੰਮੀ ਵਿੱਚ ਹੀ ਬਾਲੂਗੀ ਯਾਰ ਮੈਨੂੰ ਵੀ ਕੈਮਰੇ ਚ ਲੈ ਲਿਆ ਕਰੋ ਕਦੇ ਸੱਗੂ ਨੂੰ ਉਹ ਤੇ ਪਾਇਆ ਤੜਕੇ ਖਾਣ ਸੱਗੂ ਰਹਿਣ ਦੇ ਹੁਣ ਤਾਂ ਪਾਈ ਆ ਉਹ ਹੁਣ ਨਾ ਛੇੜੋ ਉਹਨੂੰ ਹੁਣ ਕਹਿੰਦੇ ਸੱਗੂ ਸਾਡੀ ਪਈ 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 ਆ ਹੈ ਮੀ ਵਾਹ ਮੇਰੀ ਮਾਂ ਵਾਹ ਤੇ ਕਮੈਂਟਾਂ ਜ਼ਰੂਰ ਦੱਸਿਓ ਵੀ ਇੱਦਾਂ ਉੱਦਾਂ ਨਜ਼ਰ ਨੂੰ ਜਿਹੜਾ ਲੱਗ ਜਾਂਦੀਆਂ ਨੇ ਸੱਚੀਆਂ ਗੱਲਾਂ ਨੇ ਵੈਸੇ ਮੈਂ ਨਹੀਂ ਯਕੀਨ ਕਰਦਾ ਇਹ ਚੀਜ਼ਾਂ ਦੇ ਗੋਹੇ ਨਾਲ ਵੀ ਨਜ਼ਰ ਲੈ ਜਾਂਦੀ ਹੈ ਇਸੇ ਪਕੜੋ ਔਰ ਇਸਕੋ ਐਸੇ 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 ਮੰਮੀ ਪਾਥੀ ਹੈ ਕੋ ਪਾਥਾ ਦੇਖੋ ਐਸੇ ਟੂਟ ਜਾਤੀ ਹੈ ਫਿਰ ਲਗਾ ਦੋ ਚੁੱਲ੍ਹੇ ਚ ਫਿਰ ਹੁਣ ਲਾ ਦੋ ਚੁੱਲ੍ਹੇ ਚ ਪੰਜਾਬੀ ਦੇ ਆ ਜਾਓ ਹੁਣ ਸਾਡੇ ਹਨਾ ਉਹ ਖਤਮ ਹੋ ਗਿਆ ਗੈਸ ਪਰੋਲਾ ਗੈਸ ਵੀ ਮੁੱਕਿਆ ਪਿਆ ਗੈਸ ਤਾਂ ਮੁੱਕਿਆ ਪਿਆ ਉਹ ਫੇਰਨਾ ਸੀ ਉੱਤੇ ਪਰੋਲਾ ਪਤੀਲੀ ਤੇ ਫਿਰ ਕਾਲੀ ਨਹੀਂ ਹੋਈ ਸੀ ਵਿਚਾਰੀ ਗੋਰੀ ਗੋਰੀ ਚੁੱਲ੍ਹੇ ਤੇ ਲਾਈ ਹੋਈ ਆ ਮੰਮੀ ਨੇ ਫੇਰਨ ਲਵਲੀ ਖਤਮ ਹੋ ਗਈ ਚੁੱਲ੍ਹੇ ਦੀ ਫੇਰਨ ਲਵਲੀ ਚੁੱਲ੍ਹੇ ਦੀ ਫੇਰਨ ਲਵਲੀ ਮੰਮੀ ਹੁਣ ਪਾਂਡੂ ਫਿਰ ਕਿੱਥੇ ਲਿਆਵਾਂਗੇ ਆਪਾਂ ਟੋਬੇ ਚ ਕਿਹੜੇ ਟੋਬੇ ਚ ਨਿਕਲਦਾ ਪਾਂਡੂ ਹੁਣ ਨਾ ਮੈਂ ਤਾਂ ਆਏ ਕਹਿਣਾ ਜਦੋਂ ਪਾਂਡੂ ਨਿਕਲਣੋਂ ਹਟ ਗਿਆ ਥੱਲੋਂ ਫਿਰ ਕਿੱਥੋਂ ਫੇਰਨ ਲਵਲੀ ਲਿਆ ਕਰੇਗੀ ਚੁੱਲ੍ਹੇ ਦੇ ਰੰਗ ਲਿਆਵਾਂਗੇ ਫੇਰ ਕਲੀ ਲੈ ਆਣੀ ਫਿਰ ਆਪਾਂ ਲਿਆਵਾਂਗੇ ਨੀਲ 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 ਵੀ ਦੇ ਹੋਏਗਾ ਚੁੱਲ੍ਹੇ ਨੂੰ ਮੰਮੀ ਤੁਹਾਡੀ ਨਜ਼ਰ ਨਾਕ ਘੁੰਮ ਰੋੜ ਦੇਗੇ ਮੰਮੀ ਕਹਿੰਦੀ ਕਿਤੇ ਕੱਲੇ ਕੱਲੇ ਚੱਕ ਗੰਦੀਆਂ ਨੇ ਖਾ ਲੈਣਾ ਨਾ ਗੋਡੇ ਚੇਂਜ ਕਰ ਦੀ ਬਸ ਆ ਲਿਆ ਆ ਭੂਗਣੀ ਬਣਾਈ ਨਾ ਮੈਨੂੰ ਤਾਂ ਲੋੜ ਭੂਗਣੀ ਨੇ ਕੀ ਕਰਨਾ ਮੁੰਡਾ ਮੇਰੀ ਜਾਨ ਨਿਕਲ ਜੂ ਅੜ ਜਾ ਮੇਰੇ ਗੋਡੇ ਚਲ ਕਰੋ ਕੀਰਤਨ ਪਹਿਲਾਂ ਤਾਂ ਲੋਹੜੀ ਵਾਲਾ ਗਾਣਾ ਸੁਣਾ ਦੋ ਲੋਹੜੀ ਆ ਰਹੀ ਹੈ ਚਲੋ ਫਟਾਫਟ ਸੁਣਾ ਦੋ ਸਾਡੀ ਕਾਦੀ ਲੋਹੜੀ ਦੰਦੜ ਦੰਦੜ ਦੈ ਦੈ
ਮੰਮੀ ਬੋਲ ਕੱਢੀ ਮੰਮੀ ਨੂੰ ਤਾਂ ਆਉਂਦਾ ਹੀ ਹੋਣਾ ਕਿ ਲੋਹੜੀ ਵਾਲਾ ਗਾਣਾ ਮੰਮੀ ਬੋਲਦੇ ਨੇ ਮੰਮੀ ਕਿਵੇਂ ਨੇ ਈਸਰ ਆਏ ਦਲਿੱਦਰ ਜਾਏ ਬਾਕੀ ਦਲਿੱਦਰ ਦੀ ਜੜ ਚੁੱਲ੍ਹੇ ਪਾਏ ਦਲਿੱਦਰ ਦੀ ਜੜ ਚੁੱਲ੍ਹੇ ਪਾਏ ਦਲਿੱਦਰ ਦੀ ਜੜ ਚੁੱਲ੍ਹੇ ਪਾਏ 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 ਉਹ ਉਦੋਂ ਆਪਾਂ ਬੋਲੀ ਦਾ ਹੁੰਦਾ ਲੋਹੜੀ ਵਾਲੇ ਮੰਮੀ ਲੈ ਕਹਿੰਦੇ ਚਿਮਟਾ ਨੀ ਖੜਕਾਉਂਦੇ ਨੇ ਬੜੇ ਵਹਿਮ ਮੈਨੂੰ ਤਾਂ ਲੱਗਦਾ ਰੁੱਝਣ ਲੱਗ ਗਿਆ ਮੰਮੀ ਦੇਖ ਲਾ ਲੈ ਤੂੰ ਮੈਨੂੰ ਦੱਸ ਦੇ ਮੇਰੇ ਕੋਲ ਹਥਿਆਰ ਤਾਂ ਦੇਖ ਉਹ ਗੱਲਾਂ ਛੱਡੋ ਨਹਾਉਣਾ ਕਹਿੰਦੇ ਸੀ ਤਾਂ ਅੱਜ ਨਹਾਉਣਾ ਸੀ ਵਾਹਿਗੁਰੂ ਬੋ ਚਲੋ ਬਾਥਰੂਮ ਚ ਵੜਾ ਹੁਣ ਤਾਂ ਰਾਤ ਹੀ ਹੈ ਨਾ ਕੇ ਰਜਾਈ ਚ ਲੁਕਣਾ ਨਾ ਲੋ ਵਾਹਿਗੁਰੂ ਵਾਹਿਗੁਰੂ ਕਰਨ ਹੋਣਾ ਲੋਹੜੀ ਵਾਲੇ ਦਿਨ ਨਵੇਂ ਸਾਲ ਵਾਲੇ ਦਿਨ ਨਹਾਉਣਾ ਵੈ ਨਵਾਂ ਸਾਲ ਵਾਲੇ ਚੜ੍ਹਨਾ ਤੁਹਾਨੂੰ ਪਤਾ ਇਸ ਗੱਲ ਦਾ ਹਾਂ ਪਤਾ ਨਹੀਂ ਦੇਸੀ ਮਹੀਨਿਆਂ ਦੇ ਵਿੱਚ ਨਵਾਂ ਸਾਲ 14 ਤਰੀਕ ਨੂੰ ਚੜ੍ਹਦਾ ਸੰਗਰਾਂਦ ਨੂੰ ਠੀਕ ਹੈ ਕੱਤਕ ਦੀ ਸੰਗਰਾਂਦ ਕਹਿੰਦੇ ਨੇ ਜਿਹਨੂੰ ਕੀ ਵਾਹ ਜੀ ਵਾਹ ਵਾਹ ਜੀ ਵਾਹ ਮਾਘ ਦੀ ਸੰਗਰਾਂਦ ਤੇਰੇ ਕੋ ਮੈਂ ਕਾਟ ਡਾਲੂਗਾ ਮੈਂ 2 ਘੰਟੇ ਹੋ ਗਏ ਆਪਣਾ ਫੋਨ ਲੱਭਣ ਲੱਗੀ ਨੂੰ ਤੁਸੀਂ ਲੁਕੋਇਆ ਪਿਆ ਮੰਮੀ ਇਹਦਾ ਮਤਲਬ ਮੈਂ ਲਾਲੇ ਸਾਹਿਬ ਤੈਨੂੰ ਕੋਈ ਦੱਸਣ ਦਾ ਫਾਇਦਾ ਨਹੀਂ ਇਸ ਤੋਂ ਬਾਅਦ ਕੋਈ ਗੱਲਬਾਤ ਦਾ ਮੈਂ ਇੱਥੇ ਨਹੀਂ ਮੋਬਾਈਲ ਪਾਉਂਦਾ ਹੁੰਦਾ ਲੈ ਤੁਹਾਨੂੰ ਪਤਾ ਜਦੋਂ ਮੇਰੇ ਕੋਟ ਪਾਇਆ ਹੁੰਦਾ ਹਾਏ ਮੈਂ ਕਿਹਾ ਮੈਂ ਮੈਂ ਕਿਹਾ ਮੈਂ ਤਾਂ ਅੰਦਰ ਵੀ ਨਹੀਂ ਗਈ ਮੇਰਾ ਫੋਨ ਕਿੱਥੇ ਪਵਾ ਚੁੱਕੇ ਮਾਰਿਓ ਨਾ ਯਾਰ ਮੈਂ ਕਿਵੇਂ ਫੱਟੜ ਹੋਈ ਪਈ ਹਾਂ ਮੰਮੀ ਤੇ ਮੈਂ ਤੁਹਾਨੂੰ ਸਾਰਿਆਂ ਨੂੰ ਨਾ ਆਪਣੀ ਸਨੈਪਚੈਟ ਆਈਡੀ ਦਿਖਾਉਣੀ ਆ ਸਾਰੇ ਜਣੇ ਮੈਨੂੰ ਫੋਲੋ ਪਰਾਂ ਲੰਗੀ ਸਨੈਪਚੈਟ ਸਾਰੇ ਜਣੇ ਕੋਈ ਨਾ ਇਹਨਾਂ ਨੂੰ ਫੋਲੋ ਕਰਿਓ ਜੇ ਮੇਰੀ ਵੀਰ ਭੈਣ ਭਰਾ ਆਉਂਗੇ ਸਾਰੇ ਜਣੇ ਫੋਲੋ ਕਰ ਲਿਓ ਆ ਹੈਗੀ ਮੇਰੀ ਸਨੈਪਚੈਟ ਇਹਨਾਂ ਦੀ ਆਈਡੀ ਹੈਗੀ ਆ ਗੂ ਗੂਰਾ ਗੁਰਜਸ 96 ਨਹੀਂ ਨਹੀਂ ਉਹ ਨੀਚੇ ਵਾਲਾ ਆ ਪਰ ਨਹੀਂ ਪੈਣੀ ਦੇਖੋ ਜਿੱਥੇ ਲਿਖਿਆ ਹਾਂ ਲੋ ਮੇਰੀ ਸਨੈਪਚੈਟ ਆਈਡੀ ਹੈ ਜਿੱਥੇ ਲਿਖਿਆ ਗੂ 725 ਜੀਜੂ ਜਾਓ ਸਾਰੇ ਜਣੇ ਜਾਓ ਫਟਾਫਟ ਸਨੈਪਚੈਟ ਤੇ ਮੈਨੂੰ ਫੋਲੋ ਕਰੋ ਆ ਹੱਥ ਜੇ ਫਲਾਈ ਖੜੀ ਇੱਕ ਗੁੱਡੀ ਜੀ ਲੈ ਇਹ ਹੈ ਮੇਰੀ ਸਨੈਪਚੈਟ ਆਈਡੀ ਅੱਛਾ ਸਾਰੇ ਜਣੇ ਜਾ ਕੇ ਇਹਨਾਂ ਦੇ 5000 ਸਬਸਕ੍ਰਾਈਬਰ ਕੰਪਲੀਟ ਕਰ ਦਿਓ ਤੇ ਰਵੀ ਨੇ ਖਾ ਲਈ ਰੋਟੀ ਰਵੀ ਦੀ ਰਵੀ 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 ਐ ਕਰ ਦੇਣਾ ਜ਼ਿਆਦਾ ਮਿਰਚ ਸੀ ਸਬਜ਼ੀ ਜ਼ਿਆਦਾ ਮਿਰਚ ਦੀ ਰਵੀ ਹੈ ਓਏ ਹਰੀ ਹਰੀ ਜੀ ਜੈਕਟ ਤੇ ਮੈਂ ਕਿਹੜਾ ਹੀ ਪਾ ਕੇ ਦੇਖੀ ਉਹ ਉੱਚੀ ਲੱਗਦੀ ਜਿਹੜੀ ਜੈਕਟ ਜਿਹੜੀ ਤੁਸੀਂ ਹਰੀ ਓਏ ਹਾਂ ਓ ਰਵੀ ਖੜ ਜਾ ਤੈਨੂੰ ਮੈਂ ਜੈਕਟ ਦਵਾਂ ਨਹੀਂ ਮਾਮਾ ਇੰਨੀ ਪੁਰਾਣੀ MSI ਜਾਊ ਤੇਰੇ ਹੁਣ ਵੱਡਾ ਹੋ ਗਿਆ ਤੂੰ ਤੈਨੂੰ ਪਤਾ ਹੈ ਕਿੰਨੀ ਮਹਿੰਗੀ ਹੋਈ ਆ ਸੇਲ ਚੋਂ 200 ਰੁਪਏ ਦੀ ਗੱਲਾਂ ਮਾਰਦਾ ਲੈ ਆ ਗਈ ਓ ਰਵੀ ਪੂਰੀ ਪੂਰੀ ਆਈ ਆ ਗਈ ਹੁਣ ਇਹਦੇ ਬੌਣੀ ਦੀ ਅੱਖ ਜਾ ਰਹੀ ਆ ਹੋਰ ਕੁਛ ਨਹੀਂ ਆ ਦੇਖ ਇਹਦੀ ਪੂਰੀ ਅੱਖ ਆ ਰਵੀ ਆ ਸਾਲ ਇਹ ਪਾ ਲਈ ਅਗਲੇ ਸਾਲ ਤੇਰੇ ਆਜੂ ਇਹ ਕਿਹੜਾ ਖਰਾਬ ਹੋਣ ਲੱਗੀ ਅਗਲੇ ਸਾਲ ਆਜੂ ਤੇਰੇ ਵੱਡੀ ਆ ਥੋੜੀ ਜਿਹੀ ਹੈ ਨਾ ਕਿ ਸੈੱਟ ਆ ਹੈ ਓਏ ਥੋੜੀ ਵੱਡੀ ਆ ਸੈੱਟ ਆ ਉਦਾਂ ਦਾ ਹਾਂ ਉਹਦਾ ਕਹਿੰਦਾ ਸੈੱਟ ਆ ਦੇਵੇਂਗੇ ਇਹਨੂੰ ਚੱਲ ਤੇਰਾ ਦੌਕਾ ਬਲੈਕ ਆ ਗਈਆਂ ਤੇਰੇ ਕੋਲ 2 ਹੁੱਡੀਆਂ ਇਹ ਜੋ ਇੱਕ ਹੁੱਡੀ ਇਹਦੇ ਪਵਾ ਕੇ ਦੇਖੇ ਦੇਖ ਲਾ ਪਾ ਕੇ ਇੱਕ ਹੁੱਡੀ ਦੇਖ ਪਾ ਕੇ ਜੋ ਆਊ ਤੇਰੇ ਇਹਨੂੰ ਲਾ ਕੋਟ ਦੇ ਕੋਟ ਦਾ ਕੋਲ ਕੋਟ ਤਾਂ ਅਗਲੇ ਸਾਲ ਆਜੂ ਤੇਰੇ ਰਵੀ ਦੇ ਅਗਲੇ ਸਾਲ ਆਜੂ ਆ ਦੇਖੀ ਪਾ ਕੇ ਹੁੱਡੀ ਮੇਰੇ ਤਾਂ ਫਸਦੀਆਂ ਨਹੀਂ ਨਾ ਬਟ ਆਊ ਯਾਰ ਇਹ ਤਾਂ ਉਹੀ ਆ ਐਸ MSI ਜੀ ਆ ਇਹ ਤਾਂ ਆ ਹੀ ਸਕਦੀ ਹੈ
ਆਊ ਰਵੀ ਲੈ ਆ ਗਈ ਓਏ ਪੂਰੀ ਫਿੱਟ ਦੀ ਫਿੱਟ ਆਈ ਆ ਤਾਂ ਗਈ ਦੇਖ ਰਵੀ ਡੈਡੀ ਗੱਲਬਾਤ ਬਣ ਗਈ ਨਾ ਦੇਖੋ ਇਹਦੇ ਆ ਗਈ ਤੁਹਾਡੇ ਬਣ ਜਾਣਗੇ ਆਲੂ ਜੇ ਆਲੂ ਨੀ ਸਟਲ ਦਿੰਦੀ ਜੋ ਵੀ ਆ ਮੈਨੂੰ ਤਾਂ ਕੋਈ ਨੀ ਵਧੀਆ ਲੱਗਦੇ ਅੰਦਰ ਤੂੰ ਬਾਲ ਛੱਡ ਜਾਣ ਸਵੇਰ ਨੂੰ ਬਾਲ ਤਾਂ ਮੁੰਡਾ ਕਾਲੇ ਕਰੀ ਫਿਰਦਾ ਕੀ ਲਾਇਆ ਰਵੀ ਕੀ ਲਾਇਆ ਵਾਲਾਂ ਦੀ ਮੰਮੀ ਜਿਹੜੀ ਭੈਣ ਨੇ ਤੈਨੂੰ ਕਿਹਾ ਸੀਗਾ ਵੀ ਆਂਟੀ ਜਵਾਨੀ ਪੈਰੇ ਚ ਕਿੰਨੀ ਸੋਹਣੀ ਉਹਦੀ ਫੋਟੋ ਭੇਜੋ ਕੀ ਕਹਿਣਾ ਚਾਹੇਗੀ ਅੱਜ ਕੱਲ ਮੰਮੀ ਆਪਦੇ ਵਲੋਗ ਵਾਲੇ ਦੇਖਦੀ ਆ ਅੱਗੇ ਰਾਜੂ ਦੀਦੀ ਦੇ ਵਲੋਗ ਦੇਖਦੀ ਹੁੰਦੀ ਮੰਮੀ ਅੱਜ ਕੱਲ ਆਪਦੇ ਵਲੋਗ ਦੇਖਦੀ ਆ ਤੇਰੀ ਗੱਲ ਕਰਦੇ ਆ ਤੁਹਾਡੀਆਂ ਸਾਕਲ ਕਹਿੰਦੀਆਂ ਬਣ ਜਾਣਗੀਆਂ ਮੈਂ ਨਹਾ ਕੇ ਆ ਗਿਆ ਉਦੋਂ ਤੱਕ ਠੀਕ ਤੁਹਾਨੂੰ ਕਰਮ ਕਰਨਾ ਹੀ ਨਹੀਂ ਆ ਰਿਹਾ ਜੇ ਕਰ ਕਰਕੇ ਆ ਚਲੋ ਇਹ ਸ਼ੁਕਰ ਆ ਨਾ ਲੂਗੇ ਉਦੋਂ ਤੱਕ ਸਾਡੀਆਂ ਸ਼ਕਲ ਗੰਦੀਆਂ ਰਹਿ ਜਰੀਆਂ ਮੈਂ ਤੇ ਮੰਮੀ ਵਲੌਗ ਦੇਖ ਲਈ ਹਲੋ ਹਲੋ ਤੁਹਾਡੀ ਚੀਜ਼ੀ ਪਕੜਾ ਓਏ ਮੈਂ ਤਾਂ ਰੋਟੀ ਖਾਣੀ ਸੀ ਇੱਧਰ ਮੂੰਹ ਕਰੇ ਇੱਧਰ ਮੂੰਹ ਕਰੇ ਸ਼ਕਲ ਗੰਦੀਆਂ ਖਾਣੀ ਪਾਣੀ ਕਰਾਂ ਮੈਂ ਪਾਣੀ ਦਵਾਂ ਤੁਹਾਨੂੰ ਜਾਓ ਯਾਰ ਨਾ ਕਿਹਾ ਤੁਸੀਂ ਮੈਂ ਤਾਂ ਚੱਲਿਆ ਨਾ ਹੁਣ ਮੰਮੀ ਦੇ ਪਕੌੜੇ ਨਿਕਲ ਗਏ ਵੇਖੋ ਮੰਮੀ ਸ਼ਕਲ ਗੰਦੀਆਂ ਵਾਲ ਹੋ ਗਈ ਜ਼ਿਆਦਾ ਹੀ ਹੋ ਗਈ ਬਣ ਗਈਆਂ ਚਲੋ ਸ਼ਕਲ ਗੰਦੀਆਂ ਤਾਂ ਬਣ ਗਈਆਂ ਹੁਣ ਪਤੀਲੀ ਥੱਲੇ ਲਾ ਲੈਣੀ ਆ ਇਹ 'ਚ ਹੀ ਕੱਢ ਲੈਣੀ ਪਲੇਟ 'ਚ ਅੱਗ ਬਾਲ ਪਤੀਲੀ ਵੀ ਕਾਲੀ ਕਰਤੀ ਆਪਾਂ ਇੰਨੀ ਅੱਗ ਰਾੜ ਕੇ ਵਾਲੀ ਇਹ ਪਾਣੀ ਵੀ ਸੋਕ ਲੈਂਦੀ ਪਾਣੀ ਤਾਂ ਥੋੜਾ ਜਿਹਾ ਹੀ ਰਹਿ ਗਿਆ ਇੰਨਾ ਪਤੀਲਾ ਭਰਿਆ ਸੀ ਮੱਚ ਗਿਆ ਆਲੂਆਂ ਮੰਗ ਕੜਛੀ ਨਹੀਂ ਲੈ ਗਈ
ਹੁਣ ਕੱਢੀ ਆ ਤਾਂ ਸ਼ਕਲ ਗੰਦੀ ਆ। ਵਾਹ ਇਹ ਤਾਂ ਪਲੀਆਂ ਪਲੀਆਂ ਹੋ ਗਈਆਂ। ਗਰਮ ਗਰਮ ਜੀਰੇ ਨਾਲ ਚਟਣੀ ਹੋਵੇ ਮਿਰਚਾਂ ਵਾਲੀ, ਨਾਲ ਨਿੰਬੂ ਹੋਵੇ। ਨਿੰਬੂ ਤਾਂ ਹੈਗਾ ਨਾ ਆਪਣੇ, ਉਹ ਤਾਂ ਪਿਆ ਬੋਰੀ 'ਤੇ। ਹਾਂ ਨਿੰਬੂ, ਕਾਲਾ ਕਾਲਾ ਨਮਕ ਹੈਗਾ ਮੰਮੀ, ਮੁੱਕ ਗਿਆ ਹੈਗਾ ਤਾਂ ਸਹੀ, ਕਾਲਾ ਨਮਕ ਮੁੱਕ ਗਿਆ ਨਾ, ਡੁੱਲ ਉਹਦਾ ਡੋਲ ਤਾ ਹੈਗਾ ਤੀ, ਉਹ ਪਾ ਲਾਂਗੇ ਆਪਾਂ। ਤਾਂ ਨਹੀਂ ਡਿੱਗੀ ਤੀ ਸ਼ਕਲ ਗੰਦੀ ਆ ਸਾਡੀਆਂ ਬਣ ਗਈਆਂ। ਹਾਂ ਨਿੰਬੂ ਪਾ ਲਾਂਗੇ ਉੱਪਰ, ਨਮਕ ਨਿੰਬੂ ਇਹ ਹੋਈਆਂ ਵਧੀਆ ਵਧੀਆ, ਬਾਲ ਕੇ ਤਾਂ ਹੋ ਜਾਂਦੀਆਂ ਨੇ। ਪਹਿਲਾਂ ਮੈਂ ਤਾਂ ਮੰਮੀ ਨੇ ਐਕਸਪੈਰੀਮੈਂਟ ਕਰਕੇ ਚੁੱਲ੍ਹੇ 'ਚ ਭੁੰਨੀ ਸੀ, ਉਹ ਵਿਚਾਰੀ ਵਧੀਆ ਜੀ ਨਹੀਂ ਬਣੀ, ਸੜ ਗਈ ਉਹ ਵੀ, ਇੱਥੇ ਕਿਤੇ ਪਈ ਹੈ, ਖਾਧੀ ਨਹੀਂ ਆਪਾਂ। ਸ਼ਕਲ ਗੰਦੀਆਂ ਤਾਂ ਹੁਣ ਅਸੀਂ ਉਬਾਲ ਲਈਆਂ, ਕੱਢ ਲਈਏ ਪਾਣੀ 'ਚੋਂ। ਚੱਲੀਏ ਮੰਮੀ ਅੰਦਰ ਹੁਣ, ਹਨੇਰਾ ਬਹੁਤ ਹੋ ਗਿਆ, ਹੁਣ ਚੱਲੀਏ ਅਸੀਂ ਵੀ ਅੰਦਰ। ਇਹ ਅੱਗ ਉਹ 'ਚ ਕੱਢ ਲਿਓ। ਰਵੀ ਨੂੰ ਮਾਰੀ ਆ, ਰਵੀ ਰਵੀ ਅੱਗ ਲੈ ਲਿਆ ਕੇ, ਇਹ ਸਾਰੀ ਅੰਦਰ ਲੈ ਜਾਣੀ ਹੁਣ ਸੇਕਣ ਨੂੰ ਬੱਠਲ 'ਚ। ਚਲੋ ਅਸੀਂ ਵੀ ਚੱਲੀਏ, ਉਹ ਬਣ ਗਈਆਂ, ਇਹ ਤਾਂ ਜ਼ਿਆਦਾ ਵਾਲ ਨਹੀਂ ਆਪਾਂ, ਮਤਲਬ ਜ਼ਿਆਦਾ ਪੋਲੀਆਂ ਹੋ ਗਈਆਂ। ਚਲੋ ਹੁਣ ਖਾ ਕੇ ਦੇਖਦੇ ਹਾਂ ਮਿੱਠੀਆਂ ਕੀ ਟੇਸਟ ਆ ਇਹਨਾਂ। ਲਓ ਜੀ ਅੱਜ ਚੰਦ ਕਿੱਥੋਂ ਚੜ੍ਹਿਆ, ਮਿਸਟਰ ਆ ਗਏ ਆ ਹੁਣ ਨਾ, ਇੱਧਰੋਂ ਚੜ੍ਹਿਆ, ਸਰਾਣਾ ਲਾ ਲਿਆ। ਚਲੋ ਇਹ ਤਾਂ ਨਾਲੇ, ਤੁਸੀਂ ਸ਼ਕਲ ਗੰਦੀ ਨਹੀਂ ਖਾਣੀ ਹੁਣ ਯਾਰ, ਫਿਰ ਖਾਣੀ ਕਹਿੰਦੇ ਆਪਾਂ ਇੰਨੀਆਂ ਪਾ ਲਈਆਂ ਮੈਂ ਤੇ ਮੰਮੀ ਨੇ, ਮੈਂ ਕਿਹੜਾ ਗਿਆ ਸੀ, ਕੌਣ ਖਾਊਗਾ ਹੁਣ। ਇਹ ਤਾਂ ਬਹੁਤ ਜ਼ਿਆਦਾ ਪਾ ਲਈਆਂ ਹੈ, ਖਾ ਲਓ ਮਾੜੀ ਮੋਟੀਆਂ। ਮੈਂ ਤਾਂ ਨਹੀਂ ਖਾਣੀ, ਮੈਂ ਤਾਂ ਉਹੀ ਦੇਖਣ ਦੀ ਭਾੜੀ ਲਾ ਗਈ ਨੇ। ਆ ਜਾ ਤੂੰ ਖਾ ਲਾ, ਜਾ ਮੰਮੀ ਦਾ ਹੁਣ ਮੂਵੀ ਦੇਖਣ ਦਾ ਟਾਈਮ ਆ। ਇਹਨੂੰ ਹੁਣ ਮੈਂ ਚਾਟ ਬਣਾਉਂਗੀ, ਇਹਨਾਂ ਨੂੰ ਕੱਟ ਕੇ ਉੱਪਰ ਨਿੰਬੂ ਨੂੰ ਚੋੜ ਕੇ, ਰੁਕੋ ਚਾਟ ਬਣਾ ਕੇ ਦਿੰਦੀ ਤੁਹਾਨੂੰ, ਉੱਪਰ ਨਿੰਬੂ ਨੂੰ ਚੋੜ ਕੇ ਵਧੀਆ ਲੱਗੀ। ਰਸਗੁੱਲਾ, ਮੈਨੂੰ ਸੀ ਮੈਂ ਖਾਣੇ ਖੂਨ ਕੱਢ ਦੀ ਗੋਲੀ, ਕਿਉਂ ਕੀ ਹੋ ਰਿਹਾ ਦੇ ਦੇਖ ਕੇ, ਕਿੱਥੇ ਮੰਮੀ ਉਹ ਚ ਪਈ ਆ, ਨਦੀਆਂ ਹੋ ਗਈਆਂ ਸ਼ਕਰ ਗੰਦੀਆਂ ਤਿਆਰ। ਲੈ ਨਾ ਨਿੰਬੂ ਤੋਂ ਤੁਹਾਨੂੰ ਚੋੜਿਆ ਨਹੀਂ ਜਾਂਦਾ, ਨਿੰਬੂ ਨੂੰ ਚੋੜ ਲਿਆ ਸੁਣ ਕੇ ਥੋੜਾ ਥੋੜਾ ਰੈਸਪੀ ਇਹਨਾਂ ਦੀ ਬਣੀ ਨਹੀਂ ਵਧੀਆ, ਨਾ 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 ਨਹੀਂ 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 ਮੈਂ ਨਹੀਂ ਖਾਣਾ। ਮੰਮੀ ਦਾ ਵੀ ਟੇਸਟ ਦੇਖ ਲਓ ਉੱਧਰ, ਟੇਸਟ ਕਰਵਾ ਦਿਓ ਮੰਮੀ ਨੂੰ, ਪਤਾ ਲੱਗ ਜੂ ਕਿੱਦਾਂ ਦਾ। ਅਸੀਂ ਤਾਂ ਸਾਰਿਆਂ ਨੇ ਸ਼ਕਲ ਗੰਦੀ ਖਾ ਲਈ, ਇਹਨਾਂ ਨੂੰ ਪਸੰਦ ਨਹੀਂ। ਮੈਂ ਅਤੇ ਛੋਟੀ ਨੇ ਦੋਨਾਂ ਨੇ ਖਾਧੀਆਂ, ਬਸ ਇੱਕ ਡੈਡੀ ਨੇ, ਮੰਮੀ ਰਵੀ ਇਹਨਾਂ ਤਿੰਨਾਂ ਨੇ ਖਾਧੀ ਨਹੀਂ। ਮੈਂ ਨਾ ਹੋਰ ਐਕਸਪੈਰੀਮੈਂਟ ਕਰਨਾ ਸੀ, ਉੱਪਰ ਨਿੰਬੂ ਪਾ ਕੇ, ਹਰੀ ਚਟਨੀ ਪਾ ਕੇ, ਚਿਲੀ ਫਲਿਕਸ ਪਾ ਕੇ ਖਾਣੇ ਸੀ, ਉਦੋਂ ਮੈਨੂੰ ਯਾਦ ਨਹੀਂ ਆਇਆ ਚਿਲੀ ਫਲਿਕਸ ਇੰਨੇ ਪੈਕਟ ਪਏ ਆ, ਹੁਣ ਮੈਨੂੰ ਯਾਦ ਆਇਆ ਹਾਏ ਚਿਲੀ ਫਲਿਕਸ ਤਾਂ ਪਾਉਣੇ ਯਾਦ ਭੁੱਲ ਗਏ। ਅਤੇ ਹੁਣ ਮਿਸਟਰ ਕਹਿੰਦੇ ਮੈਂ ਖਾਣਾ ਅਮਰੂਦ, ਕੀ ਖਾਣਾ ਤੁਸੀਂ? ਰੋਟੀ ਇਹਨਾਂ ਨੇ ਖਾਧੀ ਨਹੀਂ, ਕਿਉਂਕਿ ਸ਼ਾਮੀ ਖਾ ਲਈ ਸੀ 5 ਵਜੇ ਰੋਟੀ, ਇਸ ਕਰਕੇ ਡਾਇਟਿੰਗ ਚੱਲਦੀ ਇਹਨਾਂ ਦੀ। ਅਤੇ ਹੁਣ ਇਹਨਾਂ ਨੂੰ ਅਮਰੂਦ ਆਵਾਂ ਕੱਟ ਕੇ, ਤੁਹਾਡੀ ਮੈਡੀਸਿਨ ਖਾਣੀ ਤੁਸੀਂ ਵੀ। ਹੁਣ ਮਿਸਟਰ ਖਾ ਰਹੇ ਅਮਰੂਦ ਅਤੇ ਨਾਲ ਨਾਲ ਦੇਖ ਰਹੇ ਆ
ਮੈਸੇਜ ਰਿਪਲਾਈ ਕਰ ਰਹੇ ਆ, ਹੈ ਨਾ, ਕਮੈਂਟ ਰਿਪਲਾਈ ਕਰ ਰਹੇ ਆ। ਸਾਰੇ ਜਾਣਿਆਂ ਨੂੰ ਤਾਂ ਲਾਈਕ ਐਂਡ ਸ਼ੇਅਰ ਜ਼ਰੂਰ ਕਰ ਦਿਓ, ਪਰ ਸ਼ੇਅਰ ਕਹਿ ਦਿੰਦੇ ਪਰ ਤੁਸੀਂ ਕਰਦੇ ਨਹੀਂ। ਜੇ ਤੁਸੀਂ ਸ਼ੇਅਰ ਕਰੋ ਤਾਂ ਵਿਊ ਵੀ ਵੱਧਣ, ਪਰ ਤੁਸੀਂ ਸ਼ੇਅਰ ਹੀ ਨਹੀਂ ਕਰਦੇ, ਪਤਾ ਨਹੀਂ ਸਾਡੇ ਬਲੌਗ ਵਧੀਆ ਲਾਦੇ ਤੁਹਾਨੂੰ। ਕਮੈਂਟ ਕਰਕੇ ਜ਼ਰੂਰ ਦੱਸਿਓ ਤੁਸੀਂ ਕਿਹੜੇ ਏਰੀਏ 'ਚ ਸਾਡਾ ਬਲੌਗ ਦੇਖ ਰਹੇ ਹੋ, ਆਪਣਾ ਡਿਸਟ੍ਰਿਕਟ ਦੱਸਿਓ ਜ਼ਰੂਰ। ਕੋਈ ਹੁਸ਼ਿਆਰਪੁਰ ਤੋਂ ਦੇਖਦਾ, ਗੁਰਦਾਸਪੁਰ ਤੋਂ ਦੇਖਦਾ, ਮੈਂ ਕਹੀ ਆਪਣਾ ਨਾਮ ਤੇ ਤੁਸੀਂ ਕਿਹੜੇ ਏਰੀਏ 'ਚ ਬਲੌਗ ਦੇਖ ਰਹੇ ਹੋ ਜ਼ਰੂਰ ਕਮੈਂਟ ਕਰ ਭਰੀ। ਸਤਿ ਸ਼੍ਰੀ ਅਕਾਲ ਤੇ ਹੁਣ ਤੁਹਾਨੂੰ ਮਿਲਦੇ ਹਾਂ ਨੈਕਸਟ ਬਲੌਗ ਦੇ। ਸਾਰਿਆਂ ਨੂੰ ਟੇਕ ਕੇਅਰ, ਬਾਏ ਬਾਏ।